ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਅੱਜ ਸੰਦੌੜ ਦੇ ਸਹਿਕਾਰੀ ਬੈਂਕ ਦੇ ਸਾਹਮਣੇ ਮੈਨੇਜਰ ਦੀਆਂ ਕਥਿਤ ਮਨਮਾਨੀਆਂ ਵਿਰੁੱਧ ਕਿਸਾਨਾਂ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਵੀ ਕੀਤਾ। ਇਹਨਾਂ ਵੀਰਾਂ ਨੇ ਸਾਡੇ ਹੀ ਭਾਈ ਨੇ, ਸਾਡੇ ਹੀ ਬੱਚੇ ਨੇ, ਸਾਡੇ ਹੀ ਪੁੱਤਰ ਨੇ ਜਿਹੜੇ ਮੁਲਾਜ਼ਮ ਨੇ। ਇਹਨਾਂ ਨੇ ਆਪਣੇ ਭਰਾਵਾਂ ਦੀ, ਮਾਂ ਬਾਪ ਪਿਓਆਂ ਦੀ ਹਮਦਰਦੀ ਨੂੰ ਦੇਖਦੇ ਹੋਏ ਇਹ ਮੈਨੇਜਰ ਦੇ ਥੱਲੇ ਉਹਦੀ ਈ ਮੰਨਣ ਤੋਂ ਨਾਂਹ ਕਰ ਦਿੱਤੀ। ਸੰਦੌੜ ਦੋ ਜਿਹੜੀਆਂ ਸੋਸਾਇਟੀਆਂ ਦੇ ਹੈੱਡ ਬੈਂਕ ਹੈ, ਇੱਥੋਂ ਦੇ ਮੈਨੇਜਰ ਹੈ ਜੋ ਉਹ ਮੁਲਾਜ਼ਮਾਂ ਨੂੰ ਛੋਟਿਆਂ ਨੂੰ ਤੰਗ ਕਰਦਾ ਅਤੇ ਜਿਹੜੇ ਸਾਡੇ ਕਿਸਾਨ ਨੇ ਜਿਹੜੀਆਂ ਸਾਡੀਆਂ ਛੋਟੀਆਂ ਸੋਸਾਇਟੀਆਂ ਨੇ ਪਿੰਡਾਂ ਵਾਲੀਆਂ ਉਹਨਾਂ 'ਚੋਂ ਚੈੱਕ ਆਉਂਦਾ ਹੈ ਤਾਂ ਇਹ ਉਹਦੇ ਉੱਤੇ ਮਤੇ ਪਾਉਣ ਦੀਆਂ ਸ਼ਰਤਾਂ ਰੱਖਦਾ ਹੈ। ਪਰ ਇਹ ਅਸੀਂ ਬਰਦਾਸ਼ਤ ਨਹੀਂ ਹੋਣ ਦੇਵਾਂਗੇ। ਸਾਨੂੰ ਇਹਨੂੰ ਅੱਜ ਚੇਤਾਵਨੀ ਦਿੱਤੀ ਹੈ, ਜੇ ਤਾਂ ਇਹ ਕੁਛ ਟਾਈਮ ਲਈ ਬਾਹਰੇ ਆਉਂਦਾ ਤਾਂ ਅਸੀਂ ਰੋਡ ਜਾਮ ਕਰਨ ਜਾ ਰਹੇ ਹਾਂ। ਨਹੀਂ ਇਹ ਆਪਦੇ ਜਿਹੜੀਆਂ ਮੰਗਾਂ ਸਾਡੇ ਵੀਰ ਸੈਕਟਰੀ ਸਾਹਿਬ ਨੇ ਜਾਂ ਸਾਡੇ ਕਿਸਾਨਾਂ ਦੀਆਂ ਮੰਗਾਂ ਨੇ ਪੂਰੀਆਂ ਪ੍ਰੋਪਰ ਤੌਰ ਤੇ ਲਾਗੂ ਨਹੀਂ ਕਰਦਾ, ਅਸੀਂ ਉਹਨਾਂ ਚਿਰ ਧਰਨਾ ਨਹੀਂ ਚੱਕਣਾ। ਹੁਣ ਅਸੀਂ 5-10 ਮਿੰਟਾਂ ਦੀ ਵੇਟ ਹੈ, ਪ੍ਰਸ਼ਾਸਨ ਅੰਦਰ ਗੱਲ ਕਰਦਾ, ਅਗਰ ਗੱਲ ਦਾ ਕੋਈ ਸਿੱਟਾ ਨਾ ਨਿਕਲਿਆ ਤਾਂ ਅਸੀਂ ਸੰਦੌੜ ਦਾ ਅੱਡਾ ਚੌਂਕ ਘੇਰਾਂਗੇ। ਇਹਦਾ ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ, ਇੱਥੋਂ ਦਾ ਖਾਸ ਕਰਕੇ ਜਿਹੜੀ ਜ਼ਿੰਮੇਵਾਰ ਇੱਥੋਂ ਦੇ ਮੈਨੇਜਰ ਦੀ ਹੋਊਗੀ। ਅਗਲਾ ਐਜੀਟੇਸ਼ਨ ਅਸੀਂ ਕੋਰ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ, ਉਹਦੇ ਵਿੱਚ ਫੈਸਲਾ ਲੈ ਕੇ ਤੁਹਾਨੂੰ ਦੱਸ ਦੇਵਾਂਗੇ। ਫਿਲਹਾਲ ਹੀ ਸਾਡਾ ਰੋਡ ਰੋਕਣ ਦਾ ਟੀਚਾ।